ਨਵੇਂ ਸਾਲ ਮੌਕੇ ਜਲੰਧਰ ਦੇ ਸੀਪੀ ਸੁਵਪਨ ਸ਼ਰਮਾ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਤੇ ਇਹ ਨਿਰਦੇਸ਼ ਜਲੰਧਰ ਦੀ ਮਸ਼ਹੂਰ ਮਾਰਕੀਟ ਪੀਪੀਆਰ ਮਾਰਕੀਟ ਦੇ ਵਿੱਚ ਲਾਗੂ ਹੋਣਗੇ ਦਰਅਸਲ ਨਵੇਂ ਸਾਲ ਮੌਕੇ ਜਿੱਥੇ ਅਕਸਰ ਲੋਕ ਪੀਪੀਆਰ ਮਾਰਕੀਟ ਮਾਰਕੀਟ ਦੇ ਵਿੱਚ ਜਸ਼ਨ ਮਨਾਉਣ ਦੇ ਲਈ ਇਕੱਠੇ ਹੁੰਦੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚਦੇ ਨੇ ਤੇ ਇਸੇ ਨੂੰ ਦੇਖਦੇ ਹੋਏ ਜਿਹੜੀ ਇੱਥੇ ਭਾਰੀ ਭੀੜ ਜਮਾ ਹੋ ਜਾਂਦੀ ਹੈ ਇਸੇ ਨੂੰ ਲੈ ਕੇ ਸੀਪੀ ਸੁਵਪਨ ਸ਼ਰਮਾ ਦੇ ਵੱਲੋਂ ਨਿਰਦੇਸ਼ ਜਾਰੀ ਕਰਕੇ ਇਸ ਪੂਰੇ ਇਲਾਕੇ ਨੂੰ ਨੋ ਵਹੀਕਲ ਜ਼ੋਨ ਐਲਾਨ ਦਿੱਤਾ ਹੈ ਤਾਂ ਕਿ ਕੋਈ ਵੀ ਆਪਣਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਲੈ ਕੇ ਇਸ ਮਾਰਕੀਟ ਦੇ ਵਿੱਚ ਨਾ ਦਾਖਲ ਹੋ ਸਕੇ ਤੇ ਨਵੇਂ ਸਾਲ ਦੇ ਮੌਕੇ ਦੇ ਉੱਪਰ ਜਿਹੜੇ ਲੋਕ ਇੱਥੇ ਜਸ਼ਨ ਮਨਾਉਣ ਦੇ ਲਈ ਆਉਂਦੇ ਨੇ ਸਿਰਫ ਪੈਦਲ ਚੱਲ ਕੇ ਇਸ ਮਾਰਕੀਟ ਦੇ ਵਿੱਚ ਆ ਸਕਦੇ ਨੇ ਜਸ਼ਨ ਮਨਾ ਸਕਦੇ ਨੇ ਪਰ ਇਸ ਦੌਰਾਨ ਕਿਸੇ ਵੀ ਵਾਹਨ ਨੂੰ ਇਸ ਮਾਰਕੀਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਮਾਰਕੀਟ ਨੂੰ ਜਿੰਨੇ ਵੀ ਪਹੁੰਚ ਮਾਰਗ ਨੇ ਉਹਨਾਂ ਸੜਕਾਂ ਦੇ ਉੱਪਰ ਜਿਹੜੇ ਚੈਕਿੰਗ ਪੁਆਇੰਟ ਬਣਾਏ ਜਾਣਗੇ ਪੁਲਿਸ ਤਾਇਨਾਤ ਰਹੇਗੀ ਨਵੇਂ ਸਾਲ ਮੌਕੇ ਉੱਪਰ ਜਿਹੜੀ ਹੈ ਪੂਰੀ ਬੰਦੋਬਸਤ ਜਿਹੜਾ ਪ੍ਰਬੰਧ ਜਿਹੜਾ ਇਹ ਕੀਤਾ ਗਿਆ ਨਵੇਂ ਸਾਲ ਨੂੰ ਲੈ ਕੇ ਸਾਰੇ ਚੈਕਿੰਗ ਪੁਆਇੰਟ ਬਣਾਏ ਗਏ ਨੇ ਇੱਥੇ ਪੁਲਿਸ ਜਿਹੜੀ ਹੈ ਉਹ ਲਗਾਤਾਰ ਹਰ ਇੱਕ ਵਾਹਨ ਦੀ ਚੈਕਿੰਗ ਕਰੇਗੀ ਜਾਂ ਜਿਹੜੇ ਵੀ ਲੋਕ ਮਾਰਕੀਟ ਦੇ ਵਿੱਚ ਦਾਖਲ ਹੋਣਗੇ ਜਸ਼ਨ ਮਨਾਉਣ ਦੇ ਲਈ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਜਾਂਚ ਤੋਂ ਬਾਅਦ ਹੀ ਉਹਨਾਂ ਨੂੰ ਮਾਰਕੀਟ ਦੇ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਉਹਨਾਂ ਦੇ ਵਾਹਨਾਂ ਨੂੰ ਪਿੱਛੇ ਹੀ پارک ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨਿਰਦੇਸ਼ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਦੱਸ ਰਿਹਾ ਕਿ ਇੱਥੇ ਜਿਹੜੀ ਹੈ ਸ਼ਰਾਰਤੀ ਅੰਸਰਾਂ ਦੇ ਉੱਪਰ ਵੀ ਸਖਤ ਨਜ਼ਰ ਹੋਵੇਗੀ ਪੁਲਿਸ ਦੀ ਤਾਂ ਕਿ ਕਿਸੇ ਦੇ ਵੱਲੋਂ ਕੋਈ ਹੁੱਲੜਬਾਜ਼ੀ ਨਾ ਕੀਤੀ ਜਾਵੇ ਜਿਸ ਦੇ ਨਾਲ ਦੂਸਰੇ ਜਿਹੜੇ ਉੱਥੇ ਲੋਕ ਪਹੁੰਚਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਜਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਸ਼ਰਾਰਤੀ ਅਨਸਰਾਂ ਤੇ ਖਾਸ ਨਜ਼ਰ ਰਵੇਗੀ ਪੁਲਿਸ ਦੀ ਔਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨੂੰ ਰੋਕਣ ਦੇ ਲਈ ਪੁਲਿਸ ਉੱਥੇ ਮੁਸਤੈਦੀ ਦੇ ਵਿੱਚ ਦਿਖਾਵੇਗੀ ਇਸ ਦੇ ਨਾਲ ਹੀ ਸੜਕਾਂ ਦੇ ਉੱਪਰ ਜਿੱਥੇ ਚੈਕਿੰਗ ਪੁਆਇੰਟ ਬਣਾਏ ਗਏ ਨੇ ਉਹਨਾਂ ਦੇ ਉੱਪਰ ਅਲਕੋਮੀਟਰ ਦੇ ਨਾਲ ਵੀ ਜਾਂਚ ਕੀਤੀ ਜਾਵੇਗੀ ਇਹ ਸਾਰੇ ਸਖਤ ਨਿਰਦੇਸ਼ ਸੀਪੀ ਸੁਪਨਨ ਸ਼ਰਮਾ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਅਕਸਰ ਹਰ ਸਾਲ ਨਵੇਂ ਸਾਲ ਦੇ ਮੌਕੇ ਜਸ਼ਨ ਮਨਾਉਣ ਦੇ ਲਈ ਪੀਪੀਆਰ ਮਾਰਕੀਟ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜਲੰਧਰ ਦੇ ਲੋਕ ਇੱਥੇ ਪਹੁੰਚਦੇ ਨੇ ਜਸ਼ਨ ਮਨਾਉਂਦੇ ਨੇ देर रात ਇੱਥੇ ਗਾਣੇ ਵੱਜਦੇ ਰਹਿੰਦੇ ਨੇ ਲੋਕ ਨੱਚਦੇ ਟੱਪਦੇ ਨਵੇਂ ਸਾਲ ਦੀ آمد ਦੀ ਖੁਸ਼ੀ ਦੇ ਵਿੱਚ ਇੱਥੇ ਨਜ਼ਰ ਆਉਂਦੇ ਨੇ ਪਰ ਇਸੇ ਦੌਰਾਨ ਦੇਖਿਆ ਗਿਆ ਕਿ ਅਕਸਰ ਹੁੱਲੜਬਾਜ਼ੀ ਕਰਦੇ ਕੁਝ ਨੌਜਵਾਨ ਵੀ ਨਜ਼ਰ ਆਉਂਦੇ ਨੇ ਤੇ ਉਹਨਾਂ ਤੇ ਨਕੇਲ ਕੱਸਣ ਦੇ ਲਈ ਹੀ ਹੁਣ ਪ੍ਰਸ਼ਾਸਨ ਦੇ ਵੱਲੋਂ ਸਖਤੀ ਦਿਖਾਈ ਜਾ ਰਹੀ ਹੈ ਜਿਸ ਤੋਂ ਐਂਡ ਪਹਿਲਾਂ ਸੀਪੀ ਸੁਪਨ ਸ਼ਰਮਾ ਦੇ ਵੱਲੋਂ ਨਿਰਦੇਸ਼ ਜਾਰੀ ਕਰਕੇ ਇਸ ਪੂਰੇ ਇਲਾਕੇ ਨੂੰ ਜਿੱਥੇ ਨੋ ਵਹੀਕਲ ਜ਼ੋਨ ਐਲਾਨ ਦਿੱਤਾ ਤੇ ਦੂਸਰੇ ਪਾਸੇ ਚੈਕਿੰਗ ਪੁਆਇੰਟ ਬਣਾ ਦਿੱਤੇ ਨੇ ਤੇ ਜਿਹੜੇ ਲੋਕ ਵਾਹਨਾਂ ਤੇ ਸਵਾਰ ਹੋ ਕੇ ਮਾਰਕੀਟ ਆਣਗੇ ਉਹਨਾਂ ਨੂੰ ਪਿੱਛੇ ਹੀ ਆਪਣੇ ਵਾਹਨ ਪਾਰਕ ਕਰਨੇ ਪੈਣਗੇ ਤੇ ਪੈਦਲ ਪੀਪੀਆਰ ਮਾਰਕੀਟ ਦੇ ਵਿੱਚ ਦਾਖਲ ਹੋਣਾ ਪਵੇਗਾ ਨਵੇਂ ਸਾਲ ਮੌਕੇ ਜਲੰਧਰ ਦੇ ਸੀਪੀ ਸੁਪਨ ਸ਼ਰਮਾ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਨੇ ਤੇ ਇਹ ਨਿਰਦੇਸ਼ ਜੁਲੰਦਰ ਦੀ ਮਸ਼ਹੂਰ ਮਾਰਕੀਟ ਪੀਪੀਆਰ ਮਾਰਕੀਟ ਦੇ ਵਿੱਚ ਲੱਗ ਹੋਣਗੇ ਦਰਅਸਲ ਨਵੇਂ ਸਾਲ ਮੌਕੇ ਜਿੱਥੇ ਅਕਸਰ ਲੋਕ ਪੀਪੀਆਰ ਮਾਰਕੀਟ ਮਾਰਕੀਟ ਦੇ ਵਿੱਚ ਜਸ਼ਨ ਮਨਾਉਣ ਦੇ ਲਈ ਇਕੱਠੇ ਹੁੰਦੇ ਨੇ ਆਪਣੀਆਂ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਇੱਥੇ ਪਹੁੰਚਦੇ ਨੇ ਤੇ ਇਸੇ ਨੂੰ ਦੇਖਦੇ ਹੋਏ ਜਿਹੜੀ ਇੱਥੇ ਭਾਰੀ ਭੀੜ ਜਮਾ ਹੋ ਜਾਂਦੀ ਹੈ ਇਸੇ ਨੂੰ ਲੈ ਕੇ ਸੀਪੀ ਸੁਪਨਨ ਸ਼ਰਮਾ ਦੇ ਵੱਲੋਂ ਨਿਰਦੇਸ਼ ਜਾਰੀ ਕਰਕੇ ਇਸ ਪੂਰੇ ਇਲਾਕੇ ਨੂੰ ਨੋ ਵਹੀਕਲ ਜ਼ੋਨ ਐਲਾਨ ਦਿੱਤਾ ਹੈ ਤਾਂ ਕਿ ਕੋਈ ਵੀ ਆਪਣਾ ਦੋ ਪਹੀਆ ਵਾਹਨ ਜਾਂ ਚਾਰ ਪਹੀਆ ਵਾਹਨ ਲੈ ਕੇ ਇਸ ਮਾਰਕੀਟ ਦੇ ਵਿੱਚ ਨਾ ਦਾਖਲ ਹੋ ਸਕੇ ਤੇ ਨਵੇਂ ਸਾਲ ਦੇ ਮੌਕੇ ਦੇ ਉੱਪਰ ਜਿਹੜੇ ਲੋਕ ਇੱਥੇ ਜਸ਼ਨ ਮਨਾਉਣ ਦੇ ਲਈ ਆਉਂਦੇ ਨੇ ਸਿਰਫ ਪੈਦਲ ਚੱਲ ਕੇ ਇਸ ਮਾਰਕੀਟ ਦੇ ਵਿੱਚ ਆ ਸਕਦੇ ਨੇ ਜਸ਼ਨ ਮਨਾ ਸਕਦੇ ਨੇ ਪਰ ਇਸ ਦੌਰਾਨ ਕਿਸੇ ਵੀ ਵਾਹਨ ਨੂੰ ਇਸ ਮਾਰਕੀਟ ਦੇ ਵਿੱਚ ਦਾਖਲ ਨਹੀਂ ਹੋਣ ਦਿੱਤਾ ਜਾਵੇਗਾ ਇਸ ਮਾਰਕੀਟ ਨੂੰ ਜਿੰਨੇ ਵੀ ਪਹੁੰਚ ਮਾਰਗ ਨੇ ਉਹਨਾਂ ਸੜਕਾਂ ਦੇ ਉੱਪਰ ਜਿਹੜੇ ਚੈਕਿੰਗ ਪੁਆਇੰਟ ਬਣਾਏ ਜਾਣਗੇ ਪੁਲਿਸ ਤਾਇਨਾਤ ਰਹੇਗੀ ਨਵੇਂ ਸਾਲ ਮੌਕੇ ਉੱਪਰ ਜਿਹੜੀ ਹੈ ਪੂਰੀ ਬੰਦੋਬਸਤ ਜਿਹੜਾ ਪ੍ਰਬੰਧ ਜਿਹੜਾ ਇਹ ਕੀਤਾ ਗਿਆ ਨਵੇਂ ਸਾਲ ਨੂੰ ਲੈ ਕੇ ਸਾਰੇ ਚੈਕਿੰਗ ਪੁਆਇੰਟ ਬਣਾਏ ਗਏ ਨੇ ਇੱਥੇ ਪੁਲਿਸ ਜਿਹੜੀ ਹੈ ਉਹ ਲਗਾਤਾਰ ਹਰ ਇੱਕ ਵਾਹਨ ਦੀ ਚੈਕਿੰਗ ਕਰੇਗੀ ਜਾਂ ਜਿਹੜੇ ਵੀ ਲੋਕ ਮਾਰਕੀਟ ਦੇ ਵਿੱਚ ਦਾਖਲ ਹੋਣਗੇ ਜਸ਼ਨ ਮਨਾਉਣ ਦੇ ਲਈ ਉਹਨਾਂ ਦੀ ਵੀ ਜਾਂਚ ਕੀਤੀ ਜਾਏਗੀ ਜਾਂਚ ਤੋਂ ਬਾਅਦ ਹੀ ਉਹਨਾਂ ਨੂੰ ਮਾਰਕੀਟ ਦੇ ਵਿੱਚ ਦਾਖਲ ਹੋਣ ਦਿੱਤਾ ਜਾਵੇਗਾ ਤੇ ਇਸ ਤੋਂ ਇਲਾਵਾ ਉਹਨਾਂ ਦੇ ਵਾਹਨਾਂ ਨੂੰ ਪਿੱਛੇ ਹੀ پارک ਕਰ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਹੋਰ ਕਿਹੜੇ-ਕਿਹੜੇ ਨਿਰਦੇਸ਼ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਦੱਸ ਰਿਹਾ ਕਿ ਇੱਥੇ ਜਿਹੜੀ ਹੈ ਸ਼ਰਾਰਤੀ ਅੰਸਰਾਂ ਦੇ ਉੱਪਰ ਵੀ ਸਖਤ ਨਜ਼ਰ ਹੋਵੇਗੀ ਪੁਲਿਸ ਦੀ ਕਿਸੇ ਦੇ ਵੱਲੋਂ ਕੋਈ ਹੁੱਲੜਬਾਜ਼ੀ ਨਾ ਕੀਤੀ ਜਾਵੇ ਜਿਸ ਦੇ ਨਾਲ ਦੂਸਰੇ ਜਿਹੜੇ ਉੱਥੇ ਲੋਕ ਪਹੁੰਚਦੇ ਨੇ ਆਪਣੇ ਬੱਚਿਆਂ ਨੂੰ ਲੈ ਕੇ ਬਜ਼ੁਰਗਾਂ ਨੂੰ ਲੈ ਕੇ ਜਸ਼ਨ ਦੇ ਵਿੱਚ ਸ਼ਾਮਲ ਹੋਣ ਦੇ ਲਈ ਉਹਨਾਂ ਨੂੰ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਦੇ ਲਈ ਸ਼ਰਾਰਤੀ ਅਨਸਰਾਂ ਤੇ ਖਾਸ ਨਜ਼ਰ ਰਵੇਗੀ ਪੁਲਿਸ ਦੀ ਔਰ ਕਿਸੇ ਵੀ ਤਰ੍ਹਾਂ ਦੀ ਹੁੱਲੜਬਾਜ਼ੀ ਨੂੰ ਰੋਕਣ ਦੇ ਲਈ ਪੁਲਿਸ ਉੱਥੇ ਮੁਸਤੈਦੀ ਦੇ ਵਿੱਚ ਦਿਖਾਵੇਗੀ ਇਸ ਦੇ ਨਾਲ ਹੀ ਸੜਕਾਂ ਦੇ ਉੱਪਰ ਜਿੱਥੇ ਚੈਕਿੰਗ ਪੁਆਇੰਟ ਬਣਾਏ ਗਏ ਨੇ ਉਹਨਾਂ ਦੇ ਉੱਪਰ ਅਲਕੋਮੀਟਰ ਦੇ ਨਾਲ ਵੀ ਜਾਂਚ ਕੀਤੀ ਜਾਵੇਗੀ ਇਹ ਸਾਰੇ ਸਖਤ ਨਿਰਦੇਸ਼ ਸੀਪੀ ਸੁਪਨ ਸ਼ਰਮਾ ਦੇ ਵੱਲੋਂ ਕੀਤੇ ਗਏ ਨੇ ਕਿਉਂਕਿ ਅਕਸਰ ਹਰ ਸਾਲ ਨਵੇਂ ਸਾਲ ਦੇ ਮੌਕੇ ਜਸ਼ਨ ਮਨਾਉਣ ਦੇ ਲਈ ਪੀਪੀਆਰ ਮਾਰਕੀਟ ਦੇ ਵਿੱਚ ਭਾਰੀ ਗਿਣਤੀ ਦੇ ਵਿੱਚ ਜਲੰਧਰ ਦੇ ਲੋਕ ਇੱਥੇ ਪਹੁੰਚਦੇ ਨੇ ਜਸ਼ਨ ਮਨਾਉਂਦੇ ਨੇ देर रात ਇੱਥੇ ਅ ਗਾਣੇ ਵੱਜਦੇ ਰਹਿੰਦੇ ਨੇ ਲੋਕ ਨੱਚਦੇ ਟੱਪਦੇ ਨਵੇਂ ਸਾਲ ਦੀ ਆਮਦ ਦੀ ਖੁਸ਼ੀ ਦੇ ਵਿੱਚ ਇੱਥੇ ਨਜ਼ਰ ਆਉਂਦੇ ਨੇ ਪਰ ਇਸੇ ਦੌਰਾਨ ਦੇਖਿਆ ਗਿਆ ਕਿ ਅਕਸਰ ਹੁੱਲੜਬਾਜ਼ੀ ਕਰਦੇ ਕੁਝ ਨੌਜਵਾਨ ਵੀ ਨਜ਼ਰ ਆਉਂਦੇ ਨੇ ਤੇ ਉਹਨਾਂ ਤੇ ਨਕੇਲ ਕੱਸਣ ਦੇ ਲਈ ਹੁਣ ਪ੍ਰਸ਼ਾਸਨ ਦੇ ਵੱਲੋਂ ਸ਼ਕਤੀ ਦਿਖਾਈ ਜਾ ਰਹੀ ਹੈ ਜਿਸ ਤੋਂ ਐਨ ਪਹਿਲਾਂ ਸੀਪੀ ਸੁਪਨ ਸ਼ਰਮਾ ਦੇ ਵੱਲੋਂ ਨਿਰਦੇਸ਼ ਜਾਰੀ ਕਰਕੇ ਇਸ ਪੂਰੇ ਇਲਾਕੇ ਨੂੰ ਜਿੱਥੇ ਨੋ ਵਹੀਕਲ ਜ਼ੋਨ ਐਲਾਨ ਦਿੱਤਾ ਤੇ ਦੂਸਰੇ ਪਾਸੇ ਚੈਕਿੰਗ ਪੁਆਇੰਟ ਬਣਾ ਦਿੱਤੇ ਨੇ ਤੇ ਜਿਹੜੇ ਲੋਕ ਵਾਹਨਾਂ ਤੇ ਸਵਾਰ ਹੋ ਕੇ ਮਾਰਕੀਟ ਆਣਗੇ ਉਹਨਾਂ ਨੂੰ ਪਿੱਛੇ ਹੀ ਆਪਣੇ ਵਾਹਨ ਪਾਰਕ ਕਰਨੇ ਪੈਣਗੇ ਤੇ ਪੈਦਲ ਪੀਪੀਆਰ ਮਾਰਕੀਟ ਦੇ ਵਿੱਚ ਦਾਖਲ ਹੋਣਾ ਪਵੇਗਾ